ਪੰਜਾਬੀ ਰੇਡੀਓ ਜਿਵਾਸ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜਿਵਾਸ ਨਾਲ ਪ੍ਰੋਗਰਾਮ ਖਬਰ 'ਤੇ ਨਜ਼ਰ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਦੇਵ ਚਪਾਨਾ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਖਬਰਾਂ 'ਤੇ ਨਜ਼ਰ ਮਾਰਾਂਗੇ ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਆਪ ਸਭ ਤੱਕ ਪਹੁੰਚਾ ਗੁਰਦੀਪ ਸਿੰਘ ਬਿਰਦੀ ਕਲੋਵਰ ਸਤਨਾਮ ਸਿੰਘ ਸ਼ੇਰਗਿੱਲ ਸ਼ਰਮਾ ਸੁਰਿੰਦਰ ਸਿੰਘ ਗਿੱਲ ਸਟੋਕਟਨ ਮਨਜੀਤ ਸਿੰਘ ਦੀਵਾਨਾ ਦਰਸ਼ਨ ਸਿੰਘ ਪਲਵਾਨ ਫਰਜ਼ਨੋ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 408-272-2500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ ਧਰਮ ਸਿੰਘ ਰਘਵੀਰ ਕੌਰ ਸਲਮਾ ਦਲਜੀਤ ਸਿੰਘ ਅਮਰਜੀਤ ਕੌਰ ਰਘਵੀਰ ਸਿੰਘ ਅਜਮੇਰ ਸਿੰਘ ਮਾਹਲ ਟਲਕ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਹਾਂ ਅਤੇ ਗੱਲ ਕਰਦੇ ਹਾਂ ਕਰੋਨਾ ਜਿਹੜੀ ਇਹ ਬਿਮਾਰੀ ਆ ਹੁਣ ਪੰਜਾਬ ਦੇ ਵਿੱਚ ਇਸ ਬਿਮਾਰੀ ਦੇ ਨਾਲ ਮੌਤਾਂ ਦੀ ਗਿਣਤੀ ਵਧੀ ਬਿਲਕੁਲ ਜੀ ਐਕਚੁਅਲੀ 3 ਹਫ਼ਤਿਆਂ 'ਚ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਜੇ ਆਪਾਂ 24 ਘੰਟਿਆਂ ਦੀ ਗੱਲ ਕਰੀਏ ਤੇ ਨਵਾਂ ਰਿਕਾਰਡ ਹੈ ਪਿਛਲੇ 24 ਘੰਟਿਆਂ ਦਾ 39 ਡੈਥ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋਈਆਂ ਨੇ ਔਰ ਇਹਦੇ ਵਿੱਚ ਵੀ ਸਭ ਤੋਂ ਵੱਧ ਮੌਤਾਂ ਜਿਹੜੀਆਂ ਉਹ ਇੱਥੇ 13 ਮੌਤਾਂ ਦੀ ਜਿਹੜੀ ਪੁਸ਼ਟੀ ਹੈ ਉਹ ਇਹਨੇ ਜਿਹੜੀ ਉਹ ਕੀਤੀ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਹੁਸ਼ਿਆਰਪੁਰ ਦੇ ਵਿੱਚ 6 ਪਟਿਆਲੇ 4 ਅੰਮ੍ਰਿਤਸਰ ਤੇ ਜਲੰਧਰ ਦੇ ਵਿੱਚ 3-3 ਮੋਹਾਲੀ ਤੇ ਪਠਾਨਕੋਟ ਦੇ ਵਿੱਚ 2-2 ਸੰਗਰੂਰ ਬਰਨਾਲਾ ਤੇ ਬਠਿੰਡਾ ਦੇ ਵਿੱਚ 1-1 ਮੌਤ ਜਿਹੜੀ ਆ ਇਸ ਕੋਰੋਨਾ ਵਾਇਰਸ ਤੋਂ ਹੋਈ ਹੈ ਜੇ ਆਪਾਂ ਕੇਸਾਂ ਦੀ ਗੱਲ ਕਰੀਏ ਤੇ 24 ਘੰਟਿਆਂ ਦੇ ਵਿੱਚ ਉਹ ਵੀ 1000 ਨੂੰ ਜਿਹੜਾ ਉਹ ਕ੍ਰੋਸ ਕੀਤੇ 1020 ਪੱਧਰੇ ਮਾਮਲੇ ਜਿਹੜਾ ਵੀ ਸਾਹਮਣੇ ਆਏ ਸਭ ਤੋਂ ਵੱਧ ਲੁਧਿਆਣੇ ਦੇ ਵਿੱਚ ਹੀ ਸਾਹਮਣੇ ਆਏ ਨਾਲ ਦੇ ਜਿਹੜੇ ਸੂਬੇ ਨੇ ਜੇ ਆਪਾਂ ਮੌਤ ਦਰ ਦੇ ਹਿਸਾਬ ਦੇ ਨਾਲ ਗੱਲ ਕਰੀਏ ਤੇ ਉਹਨਾਂ ਸੂਬਿਆਂ ਦੇ ਵਿੱਚ ਮੌਤ ਦੀ ਦਰ ਜਿਹੜੀ ਆ ਉਹ ਪੰਜਾਬ ਦੇ ਨਾਲੋਂ ਬਹੁਤ ਘੱਟ ਹੈ ਹਰਿਆਣੇ ਦੇ ਵਿੱਚ ਜਿਹੜੇ ਟੋਟਲ ਕੇਸ ਨੇ ਉਹ 44,024 ਨੇ ਜਦੋਂ ਕਿ ਪੰਜਾਬ ਦੇ ਵਿੱਚ 26,909 ਨੇ ਤਕਰੀਬਨ ਲਾ ਕੇ ਚੱਲੋ ਕਿ ਡਬਲ ਦੇ ਨੇੜੇ ਤੇ ਜਦੋਂ ਕਿ ਪੰਜਾਬ ਦੇ ਵਿੱਚ ਮੌਤਾਂ 675 ਹੋ ਚੁੱਕੀਆਂ ਨੇ ਹਰਿਆਣੇ ਦੇ ਵਿੱਚ ਮੌਤਾਂ 503 ਨੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਕੇਸ ਨੇ ਉਹ ਨਾਲ ਲਗਵਾਂ ਸੂਬਾ ਉੱਥੇ ਲਗਭਗ ਇੱਕੋ ਜਿੰਨੇ ਨੇ 26,413 ਨੇ ਪੰਜਾਬ 'ਚ 26,909 ਨੇ ਜੰਮੂ ਕਸ਼ਮੀਰ 'ਚ ਮੌਤਾਂ 498 ਹੋਈਆਂ ਨੇ ਪੰਜਾਬ 'ਚ 675 ਨੇ ਜਿਹੜੀਆਂ ਕਿ ਪੰਜਾਬ ਦੇ ਨਿੱਘਰ ਚੁੱਕੇ ਸਿਹਤ ਸਿਸਟਮ ਵੱਲ ਨੂੰ ਇੱਕ ਵੱਡਾ ਇਸ਼ਾਰਾ ਜਿਹੜਾ ਵੀ ਉਹ ਕਰ ਰਹੀਆਂ ਨੇ ਜੇ ਆਪਾਂ ਨੈਸ਼ਨਲ ਪੱਧਰ ਦੀ ਗੱਲ ਕਰੀਏ ਤੇ ਨੈਸ਼ਨਲ ਪੱਧਰ ਦੇ ਉੱਤੇ ਵੀ 24 ਘੰਟਿਆਂ ਦੇ ਦੌਰਾਨ ਰਿਕਾਰਡ ਕੇਸ ਸਾਹਮਣੇ ਆਏ 67,066 ਜਿਹੜੇ ਕੇਸ ਸੀਗੇ ਉਹ ਰਿਪੋਰਟ ਕੀਤੇ ਗਏ 950 ਡੈਥ ਓਵਰਆਲ ਹੋਈਆਂ 47,138 ਟੋਟਲ ਮੌਤਾਂ ਹੋ ਗਈਆਂ ਮਹਾਰਾਸ਼ਟਰ ਜਿਹੜਾ ਜੀ ਉਹ 5.5 ਲੱਖ ਦੇ ਨੇੜੇ ਪਹੁੰਚ ਗਿਆ 5,48,313 ਕੇਸ ਉੱਥੇ ਔਰ 344 ਮੌਤਾਂ ਦੇ ਨਾਲ 18,650 ਮੌਤਾਂ ਉੱਥੇ ਹੋ ਚੁੱਕੀਆਂ ਹੋਈਆਂ ਨੇ ਤਾਮਿਲਨਾਡੂ ਜਿਹੜਾ ਜੀ ਉਹ ਦੂਜੇ ਨੰਬਰ ਤੇ ਆਂਧਰਾ ਪ੍ਰਦੇਸ਼ ਤੀਜੇ ਕਰਨਾਟਕਾ ਚੌਥੇ ਨੰਬਰ ਦੇ ਉੱਤੇ ਜਿਹੜਾ ਜੀ ਉਹ ਹੈ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ ਦੇ ਵਿੱਚ ਜਿਹੜੇ ਫਰੈਸ਼ ਕੇਸ ਸੀ ਉਹ 797 ਆਏ 3 ਮੌਤਾਂ 24 ਘੰਟਿਆਂ ਦੇ ਵਿੱਚ ਜਿਹੜੀਆਂ ਉਹ ਹੋਈਆਂ ਮਤਲਬ ਕਿ ਇੱਕ ਦਿੱਲੀ ਜਿਹੜਾ ਜੀ ਉਹ ਪਿਛਲੇ ਕੁਛ ਦਿਨਾਂ ਤੋਂ ਜਿਹੜੀ ਮੌਤਾਂ ਦੀ ਗਿਣਤੀ ਸੀ ਉਹ 8-9 ਤੇ ਆ ਗਈ ਸੀ ਪਰ ਪਿਛਲੇ 24 ਘੰਟਿਆਂ 'ਚ ਫਿਰ ਮੌਤਾਂ 14 ਹੋਈਆਂ ਇਹ ਅਜੇ ਵੀ ਜਿਹੜਾ ਉਹ ਕੰਟਰੋਲ ਵਿੱਚ ਕਿਹਾ ਜਾ ਸਕਦਾ ਜੀ ਜਿੰਨੀਆਂ ਡੈਥ ਪਹਿਲਾਂ ਹੋਣ ਲੱਗ ਗਈਆਂ ਸੀਗੀਆਂ ਆਹ ਜਿਹੜੇ ਨਵੇਂ ਕੇਸਾਂ ਦੀ ਗਿਣਤੀ ਜਿਹੜੀ 750-750 ਦੇ ਨੇੜੇ ਆ ਗਈ ਸੀ ਉਹ ਫਿਰ 1113 ਦੇ ਉੱਤੇ ਜਿਹੜੀ ਉਹ ਪਹੁੰਚ ਗਈ ਦਿੱਲੀ ਜਿਹੜਾ ਪਹਿਲਾਂ ਦੂਜੇ ਨੰਬਰ ਦੇ ਉੱਤੇ ਹੁੰਦਾ ਸੀਗਾ ਮੁਲਕ ਭਰ ਦੇ ਵਿੱਚੋਂ ਸ਼ੁਰੂਆਤੀ ਦੌਰ ਦੇ ਵਿੱਚ ਜਿੰਨੇ ਕੇਸ ਉੱਥੇ ਆਏ ਸੀ ਉਹ ਹੁਣ 5ਵੇਂ ਨੰਬਰ ਦੇ ਉੱਤੇ ਜਿਹੜਾ ਜੀ ਉਹ ਹੈ ਇਹ ਗਿਣਤੀ ਜਿਹੜੀ ਜੀ ਉਹ ਨੈਸ਼ਨਲ ਪੱਧਰ ਦੇ ਉੱਤੇ ਇਸ ਵੇਲੇ ਜਿਹੜੀ ਉਹ ਹੈ 93,471 ਜੀ ਕਾਫੀ ਕੰਮ ਵੱਧ ਰਿਹਾ ਤੇ ਅੱਗੇ ਗੱਲ ਕਰਦੇ ਹਾਂ ਬੰਗਲੁਰੂ ਵਿੱਚ ਜਿਹੜੀ ਭੜਕੀ ਹਿੰਸਾ ਆ ਉਸ ਦੇ ਵਿੱਚ 3 ਮੌਤਾਂ ਹੋ ਗਈਆਂ ਤੇ 300 ਤੋਂ ਵੱਧ ਜ਼ਖਮੀ ਵੀ ਹੋਏ ਆ ਬਿਲਕੁਲ ਜੀ ਐਕਚੁਅਲੀ ਕੀ ਆ ਕਿ ਇਹ ਇੱਕ ਰਾਜਨੀਤਿਕ ਵਿਅਕਤੀ ਦੇ ਪਰਿਵਾਰ ਦੇ ਮੈਂਬਰ ਦੀ ਬੇਵਕੂਫੀ ਤੁਸੀਂ ਕਹਿ ਲਓ ਕਿ ਜਿਹੜੀ ਉਹਨੇ ਕੀਤੀ ਆ ਉਹਨੇ ਇੱਕ ਪੋਸਟ ਪਾ ਦਿੱਤੀ ਹਜ਼ਰਤ ਮੁਹੰਮਦ ਸਾਹਿਬ ਦੇ ਬਾਰੇ ਦੇ ਵਿੱਚ ਉਹ ਪੋਸਟ ਸੀਗੀ ਵਿਵਾਦਿਤ ਜਿਹੜਾ ਸੀਗਾ ਫੇਸਬੁੱਕ ਉਹਨੂੰ ਲੈ ਕੇ ਜਿਹੜਾ ਜੀ ਕੀ ਹੋਇਆ ਕਿ ਜਿਹੜੇ ਭਾਈਚਾਰੇ ਵਾਲੇ ਸੀ ਉਹ ਥਾਣੇ ਚਲੇ ਗਏ ਗਾਂ ਥਾਣੇ ਵਾਲੇ ਉਹ ਜੇ ਬਈ ਰਾਜਨੀਤਿਕ ਵਿਅਕਤੀ ਹੋਣ ਕਰਕੇ ਉਹਦੇ ਉੱਤੇ ਤੁਰੰਤ ਐਕਸ਼ਨ ਨਹੀਂ ਲਿਆ ਇਹ ਕਹਿਤਾ ਕਿ ਕੋਈ ਨੀ ਤੁਸੀਂ ਇਸ ਮਾਮਲੇ ਦੇ ਉੱਤੇ ਸਮਝੌਤਾ ਕਰ ਲਓ ਜਦੋਂ ਸਮਝੌਤੇ ਵਾਲੀ ਗੱਲ ਆਖੀ ਤੇ ਉਹ ਇਹਦੇ ਤੋਂ ਭੜਕ ਗਏ ਔਰ ਭੜਕੇ ਹੋਇਆਂ ਨੇ ਪਹਿਲਾਂ ਤਾਂ ਥਾਣਾ ਜਿਹੜਾ ਸੀਗਾ ਉਹ
ਸਾੜ ਦਿੱਤਾ ਔਰ ਉਹ ਉੱਥੇ ਨੁਕਸਾਨ ਹੋਇਆ। ਫਿਰ ਭੀੜ ਜਿਹੜੀ ਸੀ ਉਹ ਬਾਹਰ ਆ ਗਈ, ਬਾਹਰ ਆ ਕੇ ਉਹਨਾਂ ਨੇ ਵਹੀਕਲ ਜਿਹੜੇ ਸੀਗੇ ਉਹਨਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ। 300 ਤੋਂ ਉੱਪਰ ਜਿਹੜਾ ਵਹੀਕਲ ਸੀਗਾ ਉਹ ਸਾੜ ਦਿੱਤਾ। ਇਹ ਕਾਂਗਰਸੀ ਵਿਧਾਇਕ ਦਾ ਭਾਣਜਾ ਦੱਸਿਆ ਜਾਂਦਾ ਜਿਹਨੇ ਇਹ ਪੋਸਟ ਕੀਤੀ ਸੀਗੀ, ਉਹਨੂੰ ਗ੍ਰਿਫਤਾਰ ਕੀਤਾ ਗਿਆ ਬਾਅਦ ਦੇ ਵਿੱਚ। ਜਿਹੜਾ ਜੀ ਜੇ ਪਹਿਲਾਂ ਹੀ ਪੁਲਿਸ ਵਾਲੇ ਗ੍ਰਿਫਤਾਰ ਕਰ ਲੈਂਦੇ ਤੇ ਇੰਨਾ ਕੁਛ ਜਿਹੜਾ ਜੀ ਉਹ ਨਾ ਹੁੰਦਾ। ਧਾਰਾ 144 ਬੰਗਲੁਰੂ ਦੇ ਵਿੱਚ ਜਿਹੜੀ ਆ ਉਹ ਲਾਈ ਗਈ ਆ। ਉੱਥੇ ਇੱਕ ਗੱਲ ਜਿਹੜੀ ਜੀ ਉਹ ਵੱਖਰੀ ਜ਼ਰੂਰ ਹੋਈ ਕਿ ਮੁਸਲਿਮ ਭਾਈਚਾਰੇ ਦੇ ਨੌਜਵਾਨ ਜਿਹੜੇ ਸੀਗੇ ਜੀ, ਉੱਥੇ ਇੱਕ ਮੰਦਰ ਪੈਂਦਾ ਕਾਫੀ ਵੱਡਾ, ਉਹਨਾਂ ਨੂੰ ਇਹ ਲੱਗਿਆ ਕਿ ਭੀੜ ਜਿਹੜੀ ਆ ਜੀ ਉਸ ਮੰਦਰ ਵੱਲ ਨੂੰ ਆ ਰਹੀ ਆ ਜਿਹੜੀ ਕਿ ਉਹਨੂੰ ਨੁਕਸਾਨ ਪਹੁੰਚਾਊਗੀ। ਇਹਨਾਂ ਨੇ ਸਿਆਣਪ ਤੋਂ ਕੰਮ ਲੈਂਦਿਆਂ ਉੱਥੇ ਮਨੁੱਖੀ ਚੇਨ ਬਣਾ ਲਈ, ਹਿਊਮਨ ਚੇਨ ਮੰਦਰ ਦੇ ਆਲੇ ਦੁਆਲੇ ਜਿਹੜੀ ਉਹ ਬਣਾ ਲਈ ਔਰ ਭੀੜ ਨੂੰ ਕਿਹਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਇਸ ਧਾਰਮਿਕ ਸਥਾਨ ਦੇ ਉੱਤੇ ਉਹਨਾਂ ਨੂੰ ਅਟੈਕ ਨਹੀਂ ਕਰਨ ਦੇਊਗੀ। ਜੇ ਉੱਥੋਂ ਜਿਹੜਾ ਜੀ ਇਹ ਮੰਨ ਲਓ ਭੀੜ ਉਹਦੇ ਤੇ ਅਟੈਕ ਕਰਦੀ ਤਾਂ ਇਹ ਕੰਮ ਹੋਰ ਬਹੁਤ ਜ਼ਿਆਦਾ ਖਰਾਬ ਹੋ ਜਾਣਾ ਸੀਗਾ। ਜਿਹੜਾ ਕਿ ਹੁਣ ਕਾਬੂ ਦੇ ਹੇਠ ਆ, ਫਿਰ ਇਹ ਕਾਬੂ ਤੋਂ ਹੋ ਸਕਦਾ ਸੀ ਬਾਹਰ ਚਲਿਆ ਜਾਂਦਾ। ਇਹ ਘਰਾਂ ਦੇ ਅੰਦਰ ਬੈਠੇ ਬੈਠੇ ਜਿਹੜੇ ਸਿਆਸਤਦਾਨ ਨੇ ਏਦਾਂ ਦੀ ਕੋਈ ਨਾ ਕੋਈ ਸ਼ਰਾਰਤ ਜਿਹੜੀ ਆ ਜੀ ਉਹ ਕਰਦੇ ਰਹਿੰਦੇ ਆ। ਜੇ ਸੋਸ਼ਲ ਮੀਡੀਆ ਦੇ ਉੱਤੇ ਲਿਖਣ ਦੇ ਵਾਸਤੇ ਵੀ ਤੇਰੇ ਕੋਲ ਕੁਛ ਹੋਰ ਨਹੀਂ ਹੈਗਾ, ਜਿਹੜਾ ਤੂੰ ਇਸ ਤਰ੍ਹਾਂ ਦੀ ਗੱਲ ਜਿਹੜੀ ਕਿਸੇ ਪੀਰ ਪੈਗੰਬਰ ਦੇ ਬਾਰੇ ਦੇ ਵਿੱਚ ਬੋਲ ਕੇ ਸ਼ਰਾਰਤ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਿਹਾ, ਅੱਗੋਂ ਪੁਲਿਸ ਉਹੋ ਜੀ ਜੇ ਟਾਈਮ ਦੇ ਨਾਲ ਉਹਦੇ ਉੱਤੇ ਐਕਸ਼ਨ ਲੈ ਲੈਂਦੇ ਤੇ ਕਹਾਣੀ ਸ਼ਾਇਦ ਇੱਥੋਂ ਤੱਕ ਜਿਹੜੀ ਉਹ ਨਾ ਜਾਂਦੀ। ਹਾਲਾਤ ਜਿਹੜੇ ਕਾਬੂ ਹੇਠ ਨੇ ਪਰ ਤਣਾਓ ਵਾਲੇ ਬਣੇ ਹੋਏ ਆ ਅਜੇ ਵੀ ਬੈਂਗਲੁਰੂ ਦੇ ਵਿੱਚ। ਹਾਲਾਤ ਕਾਬੂ 'ਚ ਹੀ ਰਹਿਣ ਤੇ ਠੀਕ ਆ। ਅਤੇ ਅੱਗੇ ਘਰ ਘਰ ਨੌਕਰੀ ਵਾਲੀ ਜਿਹੜੀ ਗੱਲ ਕਰਦੀ ਸੀਗੀ ਪੰਜਾਬ ਦੀ ਸਰਕਾਰ, ਪਰ ਉਸ ਦੇ ਨਾਲ ਜੇ ਦੇਖੀਏ ਤਾਂ ਪਾਵਰਕੌਮ ਦੀਆਂ 40,000 ਅਸਾਮੀਆਂ ਉਹਨਾਂ ਨੂੰ ਖਤਮ ਕਰਨ ਦੀ ਤਿਆਰੀ। ਬਿਲਕੁਲ ਜੀ, ਐਕਚੁਲੀ ਇਹ ਤਾਂ ਵਾਅਦਾ ਕੀਤਾ ਸੀਗਾ ਜਦੋਂ ਸਰਕਾਰ ਅਜੇ ਆਉਣੀ ਸੀਗੀ, ਉਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿ ਘਰ ਘਰ ਨੌਕਰੀ ਜਿਹੜੀ ਦੀ ਉਹ ਹੋਊਗੀ ਹਰ ਘਰ ਦੇ ਵਿੱਚ। ਉਹ ਪੋਸੀਬਲ ਹੀ ਨਹੀਂ ਸੀਗਾ ਜੀ, ਸਭ ਨੂੰ ਪਤਾ ਜੀ ਕਿਵੇਂ ਪੋਸੀਬਲ ਹੋ ਸਕਦਾ ਕਿ ਹਰ ਘਰ ਦੇ ਵਿੱਚ ਤੁਸੀਂ ਸਰਕਾਰੀ ਨੌਕਰੀ ਦੇ ਦਿਓ। ਜਿਹੜੇ ਰੋਜ਼ਗਾਰ ਮੇਲੇ ਕਾਲਜ ਯੂਨੀਵਰਸਿਟੀ ਦੇ ਵਿੱਚ ਜਿਹੜਾ ਜੀ ਉਹ ਲੱਗਦੇ ਆ, ਸਰਕਾਰ ਨੇ ਉਹਨਾਂ ਨੂੰ ਆਪਣੇ ਖਾਤੇ ਪਾ ਲਿਆ। ਹੁਣ ਉਹ ਨੌਕਰੀਆਂ ਕਿੱਥੇ ਗਈਆਂ? ਸਾਖਰਤਾ ਦਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸੀਗੀ, ਜੇ ਤੁਸੀਂ ਉਹ ਦੇਖੋ ਤਾਂ ਪੰਜਾਬ ਬੇਰੁਜ਼ਗਾਰਾਂ ਦੀ ਸ਼੍ਰੇਣੀ ਦੇ ਵਿੱਚ ਮੂਹਰਲੀ ਕਤਾਰ ਦੇ ਸੂਬਿਆਂ ਦੇ ਵਿੱਚ ਖੜਾ। ਉਹ ਕਿੱਥੇ ਗਈਆਂ ਘਰ ਘਰ ਨੌਕਰੀਆਂ? ਹੁਣ ਪੰਜਾਬ ਸਰਕਾਰ ਨੇ ਪਾਵਰਕੌਮ ਦੀਆਂ 40,000 ਅਸਾਮੀਆਂ ਨੂੰ ਖਤਮ ਕਰਨ ਦੇ ਵਾਸਤੇ ਹਰੀ ਝੰਡੀ ਦੇਤੀ। ਇਹਦੇ ਨਾਲ ਪਾਵਰਕੌਮ ਦੇ ਵਿੱਚ ਘਰ ਘਰ ਰੁਜ਼ਗਾਰ ਸਕੀਮ ਲਈ ਰੁਜ਼ਗਾਰ ਉਡੀਕ ਦੇ ਜਿਹੜੇ ਨੌਜਵਾਨ ਨੇ ਉਹਨਾਂ ਲਈ ਨਵੇਂ ਰਾਹ ਬੰਦ ਹੋ ਗਏ। ਬਿਜਲੀ ਵਿਭਾਗ ਨੇ 2 ਮੀਟਿੰਗਾਂ ਦੇ ਜ਼ਰੀਏ ਅਹਿਮ ਫੈਸਲੇ ਲਏ ਆ, ਜਿਹਨਾਂ ਨੂੰ ਮੁਲਾਜ਼ਮਾਂ ਦੇ ਵਿਰੋਧ ਦੇ ਡਰੋਂ ਅਜੇ ਗੁਪਤ ਰੱਖਿਆ ਜਾ ਰਿਹਾ। ਵਧੀਕ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ 22 ਜੁਲਾਈ ਨੂੰ ਉੱਚ ਪੱਧਰੀ ਮੀਟਿੰਗ ਹੋਈ ਸੀ, ਜਿਹਦੇ ਵਿੱਚ 2.5 ਦਰਜਨ ਦੇ ਕਰੀਬ ਫੈਸਲੇ ਲਏ ਗਏ। ਅਗਸਤ ਦੇ ਪਹਿਲੇ ਹਫ਼ਤੇ ਮੀਟਿੰਗਾਂ ਦੀ ਜਿਹੜੀ ਕਾਰਵਾਈ ਜਾਰੀ ਹੋਈ ਆ, ਉਹਦੇ ਏਜੰਡਾ ਨੰਬਰ 26 ਦੇ ਤਹਿਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਪਾਵਰਕੌਮ ਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਵਿੱਚ 1 ਸਾਲ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਖਤਮ ਕਰਨ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ। ਪਾਵਰਕੌਮ ਦੇ ਵਿੱਚ 75,757 ਅਸਾਮੀਆਂ ਪ੍ਰਵਾਨਿਤ ਨੇ, ਜਿਹਨਾਂ ਦੇ ਵਿੱਚ 40,483 ਖਾਲੀ ਪਈਆਂ ਨੇ। ਇਸ ਫੈਸਲੇ ਦੀ ਨਜ਼ਰ ਦੇ ਵਿੱਚ ਗਰੁੱਪ ਏ ਦੀਆਂ 761, ਗਰੁੱਪ ਬੀ ਦੀਆਂ 2,862, ਸੀ ਦੀਆਂ 30,702 ਤੇ ਡੀ ਦੀਆਂ 6,58 ਅਸਾਮੀਆਂ ਨੂੰ ਖਤਮ ਕਰਨ ਦਾ ਰਾਹ ਜਿਹੜਾ ਜੀ ਉਹ ਪੱਧਰਾ ਹੋ ਗਿਆ। ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਜਿਹੜੀ ਲਿਮਿਟਡ ਆ, ਉਹਦੀਆਂ ਵੀ 1 ਸਾਲ ਤੋਂ ਖਾਲੀ ਪਈਆਂ ਅਸਾਮੀਆਂ ਖਤਮ ਕਰਤੀਆਂ ਗਈਆਂ ਨੇ। ਪੰਜਾਬ ਸਰਕਾਰ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੁਣ ਇਹਨਾਂ ਨੂੰ ਖਤਮ ਕਰਨ ਦਾ ਏਜੰਡਾ ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਸ ਦੇ ਕੋਲੇ ਲੱਗੂਗਾ। ਔਰ ਬਠਿੰਡਾ ਥਰਮਲ ਪਹਿਲਾਂ ਹੀ ਸਰਕਾਰ ਨੇ ਬੰਦ ਕਰ ਦਿੱਤਾ। ਆਹਲੂਵਾਲੀਆ ਕਮੇਟੀ ਨੇ ਰੋਪੜ ਤੇ ਲਹਿਰਾ ਮੁਹੱਬਤ ਦੇ ਉੱਤੇ ਵੀ ਤਲਵਾਰ ਜਿਹੜੀ ਜੀ ਉਹ ਲਟਕਾਤੀ ਹੈ ਕਿ ਇਹ ਬੰਦ ਕਰ ਦਿਓ। ਪਾਣੀ ਬਚਾਓ ਪੈਸਾ ਬਚਾਓ ਸਕੀਮ ਦੇ ਤਹਿਤ ਜਿਹੜਾ ਜੀ ਕੁਛ ਫੈਸਲੇ ਲਏ ਗਏ ਆ। ਪਾਵਰਕੌਮ ਦਾ ਜਿਹੜਾ ਚੇਅਰਮੈਨ ਹੈ ਉਹ ਕਹਿੰਦਾ ਕਿ ਕੋਈ ਮੀਟਿੰਗ ਜਿਹੜੀ ਉਹ ਨਹੀਂ ਹੋਈ, ਝੂਠ ਬੋਲ ਰਹੇ ਨੇ, ਤਾਂ ਕਿ ਜਿਹੜੇ ਕਾਮੇ ਨੇ ਉਹ ਕਿਤੇ ਇਸ ਮਾਮਲੇ ਦੇ ਉੱਤੇ ਭੜਕ ਨਾ ਜਾਣ। ਇਹ ਐਕਚੁਲੀ ਹਿਡਨ ਏਜੰਡਾ ਨੇ ਜੀ, ਜਿਹੜੇ ਲੋਕ ਇਹ ਕਹਿੰਦੇ ਸੀ ਕਿ ਸ਼ਾਇਦ ਉਹਨਾਂ ਨੂੰ ਵੀ ਘਰੇ ਉਹਨਾਂ ਦੇ ਵੀ ਨੌਕਰੀ ਜਿਹੜੀ ਜੀ ਉਹ ਆ ਜਾਣੀ ਆ, ਕੁਛ ਵੀ ਇਸ ਤਰ੍ਹਾਂ ਦਾ ਜਿਹੜਾ ਜੀ ਉਹ ਹੋਣ ਵਾਲਾ ਨਹੀਂ ਜੀ। ਤੇ ਅੱਗੇ ਗੱਲ ਕਰਦੇ ਹਾਂ ਕਾਰਵਾਂ ਦੇ, ਜੋ ਪੱਤਰਕਾਰ ਸੀ ਉਹਨਾਂ ਤੇ ਹਮਲਾ ਹੋਇਆ ਸੀਗਾ ਤੇ ਪੁਲਿਸ ਨੇ ਅਜੇ ਤੱਕ ਮਾਮਲਾ ਦਰਜ ਨਹੀਂ ਕੀਤਾ। ਦੇਖੋ ਇਹ ਜਿਹੜਾ ਹਮਲਾ ਸੀਗਾ, ਕਾਰਵਾਂ ਐਕਚੁਲੀ ਇੱਕ ਮੈਗਜ਼ੀਨ ਹੈ, ਵੈਬ ਪੋਰਟਲ ਹੈ, ਇੱਥੇ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਗੋਦੀ ਮੀਡੀਆ ਕਰਕੇ ਜਿਹੜਾ ਜੀ ਉਹ ਮੀਡੀਏ ਤੋਂ ਹਟ ਗਿਆ, ਚੈਨਲਾਂ ਤੋਂ ਹਟ ਗਿਆ, ਲੋਕ ਵਿਸ਼ਵਾਸ ਕਰਨੋਂ ਹਟ ਗਏ, ਲੋਕ ਸੋਸ਼ਲ ਮੀਡੀਆ ਦੇ ਉੱਤੇ
ਜਾਂ ਵੈਬ ਪੋਰਟਲਾਂ ਦੇ ਉੱਤੇ ਜਿਹੜਾ ਜੀ ਉਹ ਵਿਸ਼ਵਾਸ ਕਰਨ ਲੱਗ ਗਏ। ਇਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਕੁਝ ਵੈਬ ਪੋਰਟਲ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਨੇ ਆਪਣਾ ਵਿਸ਼ਵਾਸ ਜਿਹੜਾ ਲੋਕਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਬਣਾਇਆ ਤੇ ਕਾਰਵਾਂ ਉਹਨਾਂ ਦੇ ਵਿੱਚੋਂ ਇੱਕ ਹੈ। ਕਾਰਵਾਂ ਨੇ ਐਕਚੁਅਲੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਦਿੱਲੀ ਦੰਗੇ ਹੋਏ ਸੀਗੇ ਹਿੰਦੂ ਮੁਸਲਿਮ ਭਾਈਚਾਰੇ ਦੇ ਵਿਚਾਲੇ, ਉਹਦੇ ਸੰਬੰਧੀ ਬਹੁਤ ਖੋਜ ਭਰਪੂਰ ਜਿਹੜੀਆਂ ਰਿਪੋਰਟਾਂ ਸੀਗੀਆਂ ਉਹ ਛਾਪੀਆਂ ਔਰ ਇਹ ਦੱਸਿਆ ਕਿ ਕਿਵੇਂ ਪੁਲਿਸ ਤੇ ਰਾਜਨੀਤਿਕ ਲੋਕਾਂ ਦੀ ਇਹਨਾਂ ਦੰਗਿਆਂ ਦੇ ਪਿੱਛੇ ਇਨਵੋਲਵਮੈਂਟ ਸੀ। ਇਸ ਕਰਕੇ ਕਾਰਵਾਂ ਜਿਹੜਾ ਦੀ ਉਹ ਕੱਟੜਪੰਥੀਆਂ ਦੇ ਨਿਸ਼ਾਨੇ ਦੇ ਉੱਤੇ ਰਿਹਾ ਪਿਛਲੇ ਦਿਨਾਂ ਤੋਂ ਕੁਛ ਜ਼ਿਆਦਾ। ਇਹ ਜਿਹੜੇ ਦੋ ਰਿਪੋਰਟਰ ਸੀਗੇ ਜਿਹਦੇ ਵਿੱਚ ਪ੍ਰਭਜੀਤ ਸਿੰਘ ਤੇ ਸ਼ਾਹਿਦ ਤਾਂਤਰੇ, ਇਹ ਰਿਪੋਰਟ ਕਰਨ ਦੇ ਵਾਸਤੇ ਉੱਤਰ ਪੂਰਬੀ ਦਿੱਲੀ ਦੇ ਵਿੱਚ ਗਏ ਸੀਗੇ। ਇਸ ਕਰਕੇ ਗਏ ਸੀਗੇ ਕਿ 5 ਨੂੰ ਜਦੋਂ ਭੂਮੀ ਪੂਜਨ ਹੋ ਰਿਹਾ ਸੀ ਅਯੁੱਧਿਆ ਦੇ ਵਿੱਚ, ਇੱਥੇ ਜਿਹੜੀ ਇੱਕ ਬਸਤੀ ਪੈਂਦੀ ਆ ਉਹਨੂੰ ਭਗਵਾਂ ਕਰ ਦਿੱਤਾ ਗਿਆ, ਸਾਰੀ ਦੀ ਸਾਰੀ ਬਸਤੀ। ਉਹ ਫੋਟੋਆਂ ਖਿੱਚ ਰਹੇ ਸੀਗੇ ਉਸ ਜਗ੍ਹਾ ਦੇ ਉੱਤੇ ਕਿ ਇਹ ਜਿਹੜੀਆਂ ਉਦੋਂ ਕਿਉਂ ਭਗਵਾਂ ਕਰਨ ਇੱਥੇ ਜਿਹੜਾ ਦੀ ਉਹ ਕੀਤਾ ਗਿਆ। ਉਹਦੀਆਂ ਫੋਟੋਆਂ ਖਿੱਚਦਿਆਂ ਉਹਨਾਂ ਦੇ ਉੱਤੇ ਜਿਹੜਾ ਸੀਗਾ ਇਹ ਹਮਲਾ ਕੀਤਾ ਗਿਆ, ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਜਿਹੜਾ ਦੀ ਉਹ ਕੀਤਾ ਗਿਆ ਔਰ ਪੁਲਿਸ ਦੇ ਕੋਲੇ ਮਾਮਲਾ ਗਿਆ ਕਿਉਂਕਿ ਜਿਹੜੇ ਹਮਲਾ ਕਰਨ ਵਾਲੇ ਸੀਗੇ ਉਹ ਸੰਘੀ ਸੀਗੇ। ਇੱਥੇ ਉਹ ਏਰੀਆ ਹੈ, ਇੱਕ ਏਰੀਏ ਦੇ ਵਿੱਚ ਜਿਹੜਾ ਮਤਲਬ ਕਿ ਪੂਰੇ ਦਾ ਪੂਰਾ ਮੁਸਲਿਮ ਭਾਈਚਾਰਾ ਰਹਿੰਦਾ, ਦੂਜੇ ਏਰੀਏ ਦੇ ਵਿੱਚ ਪੂਰੇ ਦਾ ਪੂਰਾ ਹਿੰਦੂ ਭਾਈਚਾਰਾ ਜਿਹੜਾ ਵੀ ਉਹ ਰਹਿੰਦਾ। ਜਦੋਂ ਇਹ ਘਿਰੇ ਪੱਤਰਕਾਰ ਤੇ ਉਹਨਾਂ ਦੀਆਂ ID ਮੰਗੀਆਂ ਗਈਆਂ। ਮੇਰੀ ਗੱਲ ਹਰਤੋਸ਼ ਸਿੰਘ ਬੱਲ ਹੋਰਾਂ ਦੇ ਨਾਲ ਗੱਲ ਹੋਈ ਸੀ। ਹਰਤੋਸ਼ ਸਿੰਘ ਬੱਲ ਜਿਹੜੇ ਨੇ ਉਹ ਕਾਰਵਾਂ ਜਿਹੜਾ ਵੈਬ ਪੋਰਟਲ ਹੈ ਇਹਦੇ ਉਹ ਐਡੀਟਰ ਨੇ। ਉਹਨਾਂ ਨੇ ਜਿਹੜਾ ਦੱਸਿਆ ਕਿ ਉਹਨਾਂ ਜਿਹੜੀ ID ਉਹਨਾਂ ਤੋਂ ਮੰਗੀ ਗਈ, ID ਜਦੋਂ ਵੇਖੀ ਉਹਨਾਂ ਨੇ ਕਿਹਾ ਕਿ ਅਸੀਂ ਪੱਤਰਕਾਰ ਹਾਂ, ਅਸੀਂ ਫੋਟੋ ਤਾਂ ਖਿੱਚ ਰਹੇ ਹਾਂ, ਤੇ ਇਹ ਕਿਹਾ ਗਿਆ ID ਵਿਖਾਓ। ID ਵਿਖਾਈ, ਜਦੋਂ ਉਹਦੇ ਉੱਤੇ ਸ਼ਾਹਿਦ ਨਾਮ ਜਿਹੜਾ ਜੀ ਉਹ ਦੇਖਿਆ ਉਹਦੇ ਤੋਂ ਇਹ ਭੜਕ ਗਏ, ਭੜਕਿਆ ਹੋਇਆ ਨੇ ਜਿਹੜਾ ਸੀਗਾ ਜੀ ਇਹਨਾਂ ਪੱਤਰਕਾਰਾਂ ਦੇ ਉੱਤੇ ਹਮਲਾ ਕਰ ਦਿੱਤਾ। ਪੁਲਿਸ ਜਿਹੜੀ ਆ ਜੀ ਉਹ ਅਜੇ ਵੀ ਇਨਕਾਰੀ ਆ ਇਸ ਮਾਮਲੇ ਦੇ ਉੱਤੇ, ਮਾਮਲਾ ਦਰਜ ਕਰਨ ਦੇ ਵਾਸਤੇ ਪ੍ਰਭਜੀਤ ਸਿੰਘ ਦੇ ਵੱਲੋਂ ਲਿਖ ਕੇ ਦਿੱਤੇ ਗਏ ਬਿਆਨ ਦੇ ਅਨੁਸਾਰ ਇੱਕ ਟੁੱਟੀ ਬਾਂਹ ਵਾਲਾ ਵਿਅਕਤੀ ਭੀੜ ਨੂੰ ਉਕਸਾ ਰਿਹਾ ਸੀਗਾ। ਇੱਕ ਹੋਰ ਨੇ ਕਿਹਾ ਕਿ ਉਹ ਭਾਜਪਾ ਦਾ ਜਨਰਲ ਸਕੱਤਰ ਹੈ, ਉਹਨੇ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਨੇ ਆਪਣੀ ਬਣ ਦੀ ਭੂਮਿਕਾ ਜਿਹੜੀ ਜੀ ਉਹ ਨਹੀਂ ਨਿਭਾਈ। ਪੁਲਿਸ ਦੀ ਆਮਦ ਤੋਂ ਬਾਅਦ ਵੀ ਅੱਧਾ ਘੰਟਾ ਤੱਕ ਭੜਕੀ ਹੋਈ ਜਿਹੜੀ ਭੀੜ ਸੀ ਉਹ ਮਨਮਾਨੀ ਉਸ ਜਗ੍ਹਾ ਦੇ ਉੱਤੇ ਕਰਦੀ ਰਹੀ। ਇਹ ਤਾਂ ਹਾਲਾਤ ਜਿਹੜੇ ਦੀ ਉਹ ਪੱਤਰਕਾਰਤਾ ਦੇ ਬਣਦੇ ਇੱਥੇ ਜਾ ਰਹੇ ਨੇ। ਜਾਂ ਤਾਂ ਤੁਸੀਂ ਝੁੱਕ ਜਾਓ, ਗੋਦੀ ਮੀਡੀਆ ਬਣ ਜਾਓ, ਉਹਨਾਂ ਦੀ ਬੋਲੀ ਬੋਲੋ, ਨਹੀਂ ਉਹਨਾਂ ਦੀ ਬੋਲੀ ਜਿਹੜਾ ਦੀ ਉਹ ਬੋਲਦੇ ਤਾਂ ਭੜਕੀ ਹੋਈ ਜਿਹੜੀ ਭੀੜ ਆ ਉਹ ਕਿਸੇ ਸਮੇਂ ਵੀ ਤੁਹਾਡੇ ਉੱਤੇ ਹਮਲਾ ਕਰਕੇ ਕੁਛ ਵੀ ਕਰ ਸਕਦੀ ਆ, ਤੇ ਪੁਲਿਸ ਜਿਹੜੀ ਆ ਜੀ ਉਹ ਫਿਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਸਕਦੀ ਆ। ਤੀਸਰਾ ਦਿਨ ਇਸ ਵੇਲੇ ਹੋ ਗਿਆ ਜੀ ਇਹਨਾਂ ਪੱਤਰਕਾਰਾਂ ਦੇ ਉੱਤੇ ਹਮਲਾ ਹੋਏ, ਅਜੇ ਤੱਕ ਮਾਮਲਾ ਦਰਜ ਨਹੀਂ ਕੀਤਾ। ਬਿਲਕੁਲ ਜੀ, ਪੁਲਿਸ ਨੇ ਤਾਂ ਰੈਕਰਡ ਬਣਾ ਲਿਆ ਪੂਰੀ ਇੰਡੀਆ ਦੀ ਨੇ, ਲੋਕਾਂ ਦੀ ਹੈਲਪ ਨਹੀਂ ਕਰਨੀ। ਤਾਂ ਅੱਗੇ ਗੱਲ ਕਰਦੇ ਹਾਂ ਮੋਗੇ ਦੇ ਵਿੱਚ ਜਿਹੜਾ ਕੈਂਕਰੇ ਸੀ ਵਿਧਾਇਕ ਤੇ ਡਾਕਟਰਾਂ ਦੇ ਵਿਚਕਾਰ ਤਕਰਾਰ ਚੱਲ ਰਹੀ ਸੀ, ਉਸ ਦੇ ਵਿੱਚ ਡਾਕਟਰ ਦੀ ਬਦਲੀ। ਦੇਖੋ ਜਿਹੜਾ ਚਾਹੇ ਕੋਈ ਵੀ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਦਾ ਤੇ ਉਹਨੂੰ ਵਿਧਾਇਕ ਕੋਈ ਕਿਸੇ ਵੀ ਪਾਰਟੀ ਦਾ ਹੋਵੇ ਜੀ, ਸੱਤਾਧਾਰੀ ਦਾ ਹੋਵੇ, ਤੇ ਫਿਰ ਉਹਨੂੰ ਉਲਝਣਾ ਤਾਂ ਮਹਿੰਗਾ ਪੈ ਜਾਂਦਾ ਨਾ। ਇਹ ਸਿਵਲ ਹਸਪੀਟਲ ਦੇ ਵਿੱਚ 2 ਦਿਨ ਪਹਿਲਾਂ ਮੈਡੀਕਲ ਆਫਿਸਰ ਡਾਕਟਰ ਰਿਤੂ ਜੈਨ ਨੂੰ ਵਿਧਾਇਕ ਦੇ ਨਾਲ ਪੰਗਾ ਲੈਣਾ ਜਿਹੜਾ ਜੀ ਉਹ ਮਹਿੰਗਾ ਪੈ ਗਿਆ। ਸਰਕਾਰ ਨੇ ਮਹਿਲਾ ਡਾਕਟਰ ਦਾ ਤਬਾਦਲਾ ਲੁਧਿਆਣੇ ਕਰ ਦਿੱਤਾ। ਦੂਜੇ ਪਾਸੇ ਵਿਧਾਇਕ ਨੇ ਲਿਖਤੀ ਇੱਕ ਸੰਦੇਸ਼ ਦੇ ਵਿੱਚ ਕਿਹਾ ਕਿ ਮੈਂ ਤਾਂ ਆਪਣਾ ਕੋਰੋਨਾ ਟੈਸਟ ਕਰਾਉਣ ਗਿਆ ਸੀਗਾ, ਬਦੋ ਬਦੀ ਪੰਗਾ ਮੇਰੇ ਗੱਲ ਜਿਹੜਾ ਜੀ ਉਹ ਪੈ ਗਿਆ। ਐਕਚੁਅਲੀ ਸਭ ਨੂੰ ਪਤਾ ਹੈ ਕਿ ਇਹਨੇ ਉੱਥੇ ਡਾਕਟਰਾਂ ਨੂੰ ਧਮਕੀਆਂ ਦਿੱਤੀਆਂ, ਲਾਈਨ ਤੋੜ ਕੇ ਜਿਹੜਾ ਜੀ ਉਹ ਕੁਛ ਲੋਕਾਂ ਦੇ ਟੈਸਟ ਇਹ ਕਰਵਾਉਣੇ ਚਾਹੁੰਦਾ ਸੀਗਾ ਉੱਥੇ ਇਹ ਵਿਧਾਇਕ। ਇਹ ਹਰਜੋਤ ਕਮਲ ਹੈ ਜਿਹੜਾ, ਹਰਜੋਤ ਕਮਲ ਸਿੰਘ ਪਹਿਲਾਂ ਵੀ ਕਈਆਂ ਮਾਮਲਿਆਂ ਦੇ ਵਿੱਚ ਜਿਹੜਾ ਜੀ ਇਹ ਹਰਜੋਤ ਕਮਲ ਸਿੰਘ ਜਿਹੜਾ ਉਹ ਉਲਝਦਾ ਰਿਹਾ, ਇੱਥੇ ਇਹ ਡਾਕਟਰਾਂ ਦੇ ਨਾਲ ਜਿਹੜਾ ਜੀ ਉਹ ਉਲਝ ਗਿਆ। ਔਰ ਜਿਹੜਾ ਹੁਣ ਉੱਥੇ ਜਿਹੜੀਆਂ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਡਾਕਟਰ ਦੀ ਬਦਲੀ ਦੇ ਖਿਲਾਫ ਸੰਘਰਸ਼ ਦਾ ਐਲਾਨ ਜਿਹੜਾ ਜੀ ਉਹ ਕਰਤਾ। 21 ਮੈਂਬਰੀ ਕਮੇਟੀ ਜਿਹੜੀ ਜੀ ਉਹ ਗਠਨ ਕਰਕੇ 4 ਦਿਨ ਦਾ ਸਮਾਂ ਦਿੱਤਾ ਗਿਆ ਸਰਕਾਰ ਨੂੰ। ਇਹ ਕਿਹਾ ਕਿ ਸੋਮਵਾਰ ਤੋਂ ਸਿਹਤ ਸੇਵਾਵਾਂ ਠੱਪ ਕਰ ਦਿੱਤੀਆਂ ਜਾਣਗੀਆਂ ਜੇ ਉਹ ਡਾਕਟਰ ਰਿਤੂ ਜੈਨ ਨੂੰ ਉੱਥੇ ਵਾਪਸ ਜਿਹੜਾ ਉਹ ਨਾ ਲਿਆਂਦਾ ਗਿਆ। ਜਿਹੜੇ ਇਹ ਡਾਕਟਰ ਨੇ ਉਹ ਇਹ ਕਹਿੰਦੇ ਆ ਕਿ ਡਾਕਟਰ ਹਰਜੋਤ ਕਮਲ ਦੇ ਵੱਲੋਂ ਮਹਿਲਾ ਡਾਕਟਰ ਜਿਹੜੀ ਡਾਕਟਰ ਰਿਤੂ ਜੈਨ ਹੈ ਉਹਨੂੰ ਜਨਤਕ ਤੌਰ ਦੇ ਉੱਤੇ ਅਪਮਾਨਿਤ ਕਰਨ ਤੇ ਰਾਤੋ ਰਾਤ ਬਦਲੀ ਕਰਾਉਣ ਤੋਂ
ਉਹਨਾਂ ਦੇ ਵਿੱਚ ਜਿਹੜਾ ਜੀ ਉਹ ਰੋਸ ਹੈ, ਉਹਨਾਂ ਨੇ ਕਿਹਾ ਕਿ ਬਦਲੀ ਤੁਰੰਤ ਜਿਹੜੀ ਦੀ ਉਹ ਰੱਦ ਕਰੋ। ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਕਾਂਗਰਸੀ ਵਿਧਾਇਕ ਨੂੰ ਜਿਹੜਾ ਜੀ ਉਹ ਘੇਰਿਆ, ਔਰ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ ਇਹ ਡਾਕਟਰ ਜਿਹੜੇ ਉਹ ਇਸ ਵੇਲੇ ਫਰੰਟ ਲਾਈਨ ਦੇ ਉੱਤੇ ਲੜ ਰਹੇ ਆ ਤੇ ਇਹ ਸਿਆਸੀ ਲੋਕ ਜਿਹੜੇ ਆ ਉਹ ਆ ਕੇ ਉਹਨਾਂ ਦੇ ਉੱਤੇ ਰੋਹ ਪਾ ਰਹੇ ਆ। ਜਿਹੜਾ ਵਿਧਾਇਕ ਆ ਜੀ ਉਹ ਹੁਣ ਹੋਰ ਜਦੋਂ ਚਪੇਰਿਓਂ ਘਿਰਦਾ ਜਾ ਰਿਹਾ ਤੇ ਉਹਨੇ ਇਹ ਗੱਲ ਕਹੀ ਆ ਕਿ ਉਹਦੇ ਕੋਲ ਸ਼ਿਕਾਇਤ ਆਈ ਸੀਗੀ ਕਿ COVID-19 ਦੇ ਜਿਹੜੇ ਨਮੂਨੇ ਲੈਣ ਦੇ ਵਾਸਤੇ 3500 ਰੁਪਈਆ ਵੱਡੀ ਜਿਹੜੀ ਆ ਜੀ ਉਹ ਲਈ ਜਾ ਰਹੀ ਆ। ਇਹ ਮਹਿਜ਼ ਉਹ ਬਹਾਨਾ ਬਣਾ ਰਿਹਾ। ਅਸਲ ਦੇ ਵਿੱਚ ਜਿੱਦਣ ਇਹ ਬਹਿਸ ਬਸਈਆ ਹੋਇਆ ਉਹ ਕੁਛ ਲੋਕਾਂ ਦੇ ਟੈਸਟ ਲਾਈਨ ਤੋੜ ਕੇ ਪਹਿਲਾਂ ਕਰਵਾਉਣੇ ਚਾਹੁੰਦਾ ਸੀਗਾ, ਜਿੱਥੋਂ ਇਹ ਮਾਮਲਾ ਜਿਹੜਾ ਜੀ ਉਹ ਵਿਗੜਿਆ। ਤੇ ਜਦੋਂ ਡਾਕਟਰ ਨੇ ਨਾਂਹ ਜਿਹੜੀ ਜੀ ਉਹ ਕੀਤੀ, ਜਿਹੜੇ ਮੈਡੀਕਲ ਆਫਿਸਰ ਰਿਤੂ ਜੈਨ ਦੇ ਨਾਲ ਇਹ ਬਹਿਸ ਪਿਆ ਤੇ ਉਹਦੀ ਜਾ ਕੇ ਜਿਹੜੀ ਜੀ ਆਪਣੀ ਅਪਰੋਚ ਦੇ ਨਾਲ, ਕਿਉਂਕਿ ਕਾਂਗਰਸ ਦਾ ਵਿਧਾਇਕ ਹੈ, ਕਾਂਗਰਸ ਦੀ ਸਰਕਾਰ ਹੈ, ਇਸ ਕਰਕੇ ਉਹਦੀ ਬਦਲੀ ਕਰਵਾ ਜੀ। ਤੇ ਅੱਗੇ ਗੱਲ ਕਰਦੇ ਹੈਗੇ ਖੇਤੀ ਆਰਡੀਨੈਂਸਾਂ ਦੀ, ਉਸ ਦੇ ਖਿਲਾਫ ਆੜ੍ਹਤੀਏ ਵੀ ਇਕਜੁੱਟ ਹੋਣ ਲੱਗਿਆ। ਦੇਖੋ ਇਹ ਤਾਂ ਇਕਜੁੱਟ ਹੋਣਾ ਪਊਗਾ ਜੀ, ਇਹ ਸਾਰੀਆਂ ਧਿਰਾਂ ਨੂੰ ਇਕਜੁੱਟ ਹੋਣਾ ਪਊਗਾ ਜੇ ਉਹਨਾਂ ਨੇ ਬਚਣਾ, ਜਾਂ ਇਹ ਤੁਸੀਂ ਕਹਿ ਲਓ ਕਿ ਜੇ ਉਹਨਾਂ ਨੇ ਸਰਵਾਈਵ ਕਰਨਾ। ਕਿਸਾਨ ਜਿਹੜੇ ਨੇ ਉਹ ਸੰਘਰਸ਼ ਕਰ ਰਹੇ ਨੇ, ਕਿਸਾਨਾਂ ਦਾ ਸੰਘਰਸ਼ ਜਿਹੜਾ ਦੀ ਉਹ ਤੀਜੇ ਚੌਥੇ ਪੜਾਅ ਦੇ ਵਿੱਚ ਲਗਭਗ ਜਿਹੜਾ ਦੀ ਉਹ ਆ ਚੁੱਕਿਆ ਹੋਇਆ, ਔਰ ਲਗਾਤਾਰ ਉਹ ਪ੍ਰੋਗਰਾਮ ਉਲੀਕ ਰਹੇ ਆ। ਉਹਨਾਂ ਦੇ ਜਿਹੜੇ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਹੈ, ਉਹਨੂੰ ਕਿਤੇ ਨਾ ਕਿਤੇ ਜਿਹੜਾ ਜੀ ਇਸ ਪੱਖੋਂ ਹੁਣ ਇੱਕ ਹੁੰਗਾਰਾ ਮਿਲ ਰਿਹਾ। 4 ਸੂਬਿਆਂ ਦੇ ਆੜ੍ਹਤੀਏ ਜਿਹੜੇ ਆ ਉਹ ਇਕੱਠੇ ਹੋ ਰਹੇ ਆ 16 ਤਰੀਕ ਨੂੰ ਸਰਸੇ ਦੇ ਵਿੱਚ। ਹਰਿਆਣਾ, ਪੰਜਾਬ, ਰਾਜਸਥਾਨ ਤੇ ਚੰਡੀਗੜ੍ਹ ਦੀਆਂ ਜਿਹੜੀਆਂ ਮੰਡੀਆਂ ਨੇ ਇਹਦੇ ਆੜ੍ਹਤੀਏ ਇਕੱਠੇ ਹੋਣਗੇ। ਖੇਤੀ ਸੰਬੰਧੀ ਆਰਡੀਨੈਂਸ ਜਿਹੜੇ ਜਾਰੀ ਕੀਤੇ ਗਏ ਆ ਇਹਨਾਂ ਦੇ ਵਿਰੋਧ ਦੇ, ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਜਦੋਂ ਮੰਡੀ ਸਿਸਟਮ ਤਬਾਹ ਹੋਣ ਜਾ ਰਿਹਾ ਤੇ ਆੜ੍ਹਤੀਏ ਵੀ ਇਹਦੇ ਵਿੱਚ ਬਚਣੇ ਨੀਗੇ। ਆੜ੍ਹਤੀਆਂ ਦੇ ਉੱਤੇ ਵੀ ਜਿਹੜੀ ਜੀ ਉਹ ਮੁਸ਼ਕਲ ਆਉਣੀ ਆ, ਕਿਉਂਕਿ ਆੜ੍ਹਤ ਦਾ ਕੰਮ ਹੀ ਜਿਹੜਾ ਵੀ ਉਹ ਖਤਮ ਕਰ ਦਿੱਤਾ ਗਿਆ। ਇਹਦੇ ਵਿੱਚ ਪ੍ਰਾਈਵੇਟ ਜਿਹੜੇ ਪਲੇਅਰ ਨੇ ਉਹਨਾਂ ਨੂੰ ਸੁੱਟ ਕੇ ਜਿਹੜਾ ਕਿਸਾਨ ਤੇ ਆੜ੍ਹਤੀਆਂ ਦੇ ਵਿਚਾਲੇ ਇੱਕ ਕੜੀ ਸੀ, ਉਹ ਕੜੀ ਖਤਮ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਆ। ਆੜ੍ਹਤੀਏ ਜਿਹੜੇ ਜਿਹਨਾਂ ਨੂੰ ਕਿ ਕਮਿਸ਼ਨ ਏਜੰਟ ਵੀ ਜਿਹੜਾ ਜੀ ਉਹ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ, ਉਹ ਹੁਣ ਬੋਲੇ ਆ, ਦੇਰ ਤੋਂ ਬਾਅਦ ਜਿਹੜਾ ਜੀ ਉਹ ਬੋਲੇ ਆ। ਖੈਰ ਦੇਰ ਤੋਂ ਬਾਅਦ ਵੀ ਬੋਲੇ ਆ, ਜੇ ਉਹ ਆੜ੍ਹਤੀਏ ਜਿਹੜਾ ਜੀ ਇਕੱਠੇ ਹੋ ਕੇ 16 ਅਗਸਤ ਨੂੰ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਆ ਤੇ ਬਿਨਾਂ ਕਿਸੇ ਸ਼ੱਕ ਦੇ ਕਿਸਾਨਾਂ ਦੇ ਵੱਲੋਂ ਇਹਨਾਂ ਆਰਡੀਨੈਂਸਾਂ ਦੇ ਕੀਤੇ ਜਾ ਰਹੇ ਵਿਰੋਧ ਨੂੰ ਇੱਕ ਵੱਡਾ ਹੁੰਗਾਰਾ ਮਿਲੂਗਾ। ਉੱਧਰ ਸੰਗਰੂਰ ਦੇ ਵਿੱਚ 3 ਜਥੇਬੰਦੀਆਂ ਜਿਹੜੀਆਂ ਦੀ ਜਿਹਦੇ ਵਿੱਚ ਮਜ਼ਦੂਰ ਮੁਕਤੀ ਮੋਰਚਾ ਹੈ, ਪੰਜਾਬ ਕਿਸਾਨ ਯੂਨੀਅਨ ਹੈ, ਇਹਨਾਂ ਨੇ ਇੱਕ ਵੱਡੀ ਔਰਤਾਂ ਦੀ ਰੈਲੀ ਸੰਗਰੂਰ ਦੇ ਵਿੱਚ ਕੀਤੀ। ਔਰ ਔਰਤਾਂ ਜਿਹੜੀਆਂ ਸੀਗੀਆਂ ਉਹ ਕਿਸਾਨਾਂ ਦੇ ਹੱਕ ਦੇ ਵਿੱਚ, ਆਰਡੀਨੈਂਸਾਂ ਦੇ ਵਿਰੋਧ ਦੇ ਵਿੱਚ ਤੇ ਕਰਜ਼ਾ ਮੁਆਫੀ ਦੇ ਵਾਸਤੇ ਇੱਥੇ ਗਰਦੀਆਂ ਔਰਤਾਂ। ਔਰ ਇੱਕ ਬਹੁਤ ਵੱਡਾ ਔਰਤਾਂ ਦਾ ਇਕੱਠ ਜਿਹੜਾ ਸੀਗਾ ਕੱਲ੍ਹ ਇੱਥੇ ਸੰਗਰੂਰ ਦੀ ਦਾਣਾ ਮੰਡੀ ਦੇ ਵਿੱਚ ਕੀਤਾ ਗਿਆ। ਇਹ ਆਖਿਆ ਗਿਆ ਜੀ ਕਿ ਜਿਹੜੀਆਂ ਕਿਸ਼ਤਾਂ ਵਸੂਲੀਆਂ ਜਾ ਰਹੀਆਂ ਨੇ ਜਬਰੀ, ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਕੇਂਦਰ ਦੀ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਜਿਹੜੇ ਆਰਡੀਨੈਂਸ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਦੇਖੋ ਜਿਵੇਂ ਜਿਵੇਂ ਇਹ ਸਮਝ ਜਿਹੜੀ ਜੀ ਉਹ ਆ ਰਹੀ ਹੈ, ਇਹੀ ਗੱਲ ਆਪਾਂ ਪਹਿਲੇ ਤੋਂ ਕਰ ਰਹੇ ਹਾਂ ਕਿ ਜਿਹੜੇ ਆਰਡੀਨੈਂਸ ਨੇ ਉਹਨਾਂ ਦੇ ਸੰਬੰਧੀ ਲੋਕਾਂ ਨੂੰ ਸਮਝਾਉਣਾ ਜ਼ਰੂਰੀ ਆ। ਉਹ ਨਾ ਹੋਵੇ ਕਿ ਉਹ ਇਹ ਕਹਿ ਦਿੰਦੇ ਪਤਾ ਨਹੀਂ ਤੇਲ ਦੀਆਂ ਕੀਮਤਾਂ ਵਧੀਆਂ ਨੇ ਤੇ ਉਹਦੇ ਕਰਕੇ ਇਹ ਸੰਘਰਸ਼ ਜਿਹੜਾ ਜੀ ਹੋ ਰਿਹਾ। ਇਹਦੀ ਇੱਕ ਇੱਕ ਲਾਈਨ ਤੋਂ ਜਿਹੜਾ ਜੀ ਉਹ ਵਾਕਫ ਹੋਣਾ ਜ਼ਰੂਰੀ ਆ ਆਰਡੀਨੈਂਸ ਦੀ, ਕਿ ਇਹ ਆਰਡੀਨੈਂਸ ਕੀ ਨੇ, ਇਹਦੇ ਖੇਤੀ ਦੇ ਉੱਤੇ ਕੀ ਪ੍ਰਭਾਵ ਪੈਣੇ ਆ ਤੇ ਕਿਹੜੀਆਂ ਕਿਹੜੀਆਂ ਧਿਰਾਂ ਜਿਹੜੀਆਂ ਜੀ ਉਹ ਸਹੀ ਮਾਇਨਿਆਂ ਦੇ ਵਿੱਚ ਤੁਸੀਂ ਕਹਿ ਲਓ ਕਿ ਇਹਦੇ ਨਾਲ ਪ੍ਰਭਾਵਿਤ, ਔਰ ਇਸ ਕਰਕੇ ਇਹ ਬੜਾ ਅਹਿਮ ਹੈ। ਔਰ ਆੜ੍ਹਤੀਆਂ ਦਾ ਇਹਦੇ ਵਿੱਚ ਆਉਣਾ, ਮਜ਼ਦੂਰ ਜਥੇਬੰਦੀਆਂ ਦਾ ਇਹਦੇ ਨਾਲ ਆਉਣਾ, ਇਹ ਇੱਕ ਕਿਸਮ ਦੀ, ਕਿਉਂਕਿ ਇਹ ਸਿੱਧਮ ਸਿੱਧੀਆਂ ਜਿਹੜੀਆਂ ਪ੍ਰਭਾਵਿਤ ਹੋਣ ਵਾਲੀਆਂ ਧਿਰਾਂ ਨੇ। ਈਵਨ ਜਿਵੇਂ ਮੰਡੀ ਬੋਰਡ ਟੁੱਟ ਜਾਣੇ, ਮੰਡੀ ਬੋਰਡ ਦੇ ਟੁੱਟਣ ਦੇ ਨਾਲ ਜਿਹੜਾ 40,000 ਕਰੋੜ ਰੁਪਈਆ ਜਿਹੜਾ ਉਗਰਾਇਆ ਜਾਂਦਾ ਫਸਲਾਂ ਦੇ ਰੂਪ ਦੇ ਵਿੱਚ, ਉਹ ਮੁੜ ਕੇ ਪਿੰਡਾਂ ਦੀ ਡਿਵੈਲਪਮੈਂਟ ਦੇ ਉੱਤੇ, ਜਿਹੜੀਆਂ ਲਿੰਕ ਸੜਕਾਂ ਨੇ ਉਹਨਾਂ ਦੇ ਉੱਤੇ ਜਿਹੜਾ ਵੀ ਉਹ ਲੱਗਦਾ, ਉਹਦੇ ਨਾਲ ਕਿੰਨਾ ਕੰਮ ਪ੍ਰਭਾਵਿਤ ਹੋਣਾ। ਅਜੇ ਵੀ ਇਹਨਾਂ ਆਰਡੀਨੈਂਸ ਦੇ ਹੱਕ ਦੇ ਵਿੱਚ ਖੜੇ ਅਕਾਲੀ ਦਲ, ਬਾਦਲ ਵਰਗੇ ਜਿਹੜੀਆਂ ਪਾਰਟੀਆਂ ਨੇ, ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਪੰਜਾਬ ਜਿਹੜਾ ਜੀ ਉਹ ਇਸ ਤਰੀਕੇ ਦੇ ਨਾਲ ਤਬਾਹੀ ਦੇ ਕੰਢੇ ਵੱਲ ਨੂੰ ਤੁਰ ਪਊਗਾ, ਕਿਉਂਕਿ ਪੰਜਾਬ ਦੀ ਰੀੜ ਦੀ ਹੱਡੀ ਜਿਹੜੀ ਆ ਜੀ ਉਹ ਕਿਸਾਨ ਨੇ, ਤੇ ਜੇ ਕਿਸਾਨ ਹਰਟ ਹੋਏ
ਤੇ ਫਿਰ ਸਾਰੇ ਹਰਟ ਹੋਣੇ। ਬਿਲਕੁਲ, ਪਰ ਉਹ ਨਹੀਂ ਹਰਟ ਨੇ ਨਾ ਹੋਣਾ, ਉਹ ਨਹੀਂ ਤੇ ਮਲਾਈ ਮਲਾਈ ਖਾ ਲਈ ਆ, ਤੇ ਬਾਕੀ ਜੋ ਮਰਜ਼ੀ ਹੁੰਦਾ ਰਹੇ। ਤੇ ਅੱਗੇ ਗੱਲ ਕਰਦੇ ਆ ਬਠਿੰਡਾ ਦੇ ਥਰਮਲ ਪਲਾਂਟ ਦੀ। ਉਸ ਮਾਮਲੇ ਦੇ ਵਿੱਚ ਵੀ ਜਿਹੜੀ MGT ਆ, ਉਸ ਨੇ ਜਿਹੜੀ ਗੇਂਦ ਆ ਪੰਜਾਬ ਦੇ ਪਾਲੇ ਸੁੱਟੀ। ਸੋ ਇਹ ਗੇਂਦਾ ਦੂਜੇ ਦੇ ਪਾਲੇ ਦੇ ਵਿੱਚ ਹੀ ਸਾਰੇ ਜਿਹੜੇ ਉਹ ਸੁੱਟ ਰਹੇ ਆ, ਉਹ ਠੁੱਡਾ ਮਾਰ ਕੇ ਉੱਧਰ ਨੂੰ ਕਰ ਦਿੰਦੇ ਆ, ਉਹ ਠੁੱਡਾ ਮਾਰ ਕੇ ਜਿਹੜਾ ਜੀ ਦੂਜੇ ਪਾਸੇ ਕਰ ਦਿੰਦੇ ਆ। ਇਸ ਗੱਲ ਦੀ ਉਮੀਦ ਸੀਗੀ ਕਿ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹ, ਕਿਉਂਕਿ ਉਹਦੇ ਤੋਂ ਐਕਚੁਅਲੀ ਅਪਰੋਚ ਇਸ ਗੱਲ ਦੇ ਵਾਸਤੇ ਕੀਤੀ ਗਈ ਸੀ ਕਿ ਜੇ ਪਰਾਲੀ ਦੇ ਨਾਲ ਇੱਕ ਚਲੋ ਇਹਦਾ ਯੂਨਿਟ ਆ ਉਹ ਮਘਾ ਲਿਆ ਜਾਵੇ ਤਾਂ ਮਾਲਵੇ ਦੇ ਵਿੱਚ ਪਰਾਲੀ ਦਾ ਹੱਲ ਜਿਹੜਾ ਉਹ ਹੋ ਸਕਦਾ, ਤੇ ਸੈਕਿੰਡ ਸਸਤੀ ਬਿਜਲੀ ਉੱਥੋਂ ਬਣ ਸਕਦੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਬਠਿੰਡਾ ਥਰਮਲ ਨੂੰ ਪਰਾਲੀ ਤੇ ਚਲਾਏ ਜਾਣ ਸੰਬੰਧੀ ਗੇਂਦ ਪੰਜਾਬ ਸਰਕਾਰ ਦੇ ਪਾਲੇ ਸੁੱਟ ਦਿੱਤੀ ਹੈ। ਪੰਜਾਬ ਸਰਕਾਰ ਪਹਿਲਾਂ ਹੀ ਤਿਆਰ ਬੈਠੀ ਹੈ ਵੀ ਢਾਓ ਵੇਚੋ ਤੇ ਪੈਸੇ ਕਮਾਓ। ਬਠਿੰਡਾ ਦੇ ਲੋਕਾਂ ਨੂੰ ਇਹ ਉਮੀਦ ਸੀ ਕਿ ਗ੍ਰੀਨ ਟ੍ਰਿਬਿਊਨਲ ਤੋਂ ਇਹ ਆਸ ਸੀਗੀ, ਪਰ ਉਹਨਾਂ ਨੂੰ ਹੁਣ ਧੱਕਾ ਜਿਹੜਾ ਸੀ ਉਹ ਲੱਗਿਆ। 10 ਅਗਸਤ ਨੂੰ ਉਹਨੇ ਆਪਣਾ ਫੈਸਲਾ ਸੁਣਾ ਦਿੱਤਾ ਕਿ ਬਠਿੰਡਾ ਥਰਮਲ ਨੂੰ ਪਰਾਲੀ ਤੇ ਚਲਾਉਣ ਲਈ ਪੰਜਾਬ ਸਰਕਾਰ ਕਾਨੂੰਨ ਮੁਤਾਬਕ ਨੋਰਮ ਵੇਖ ਕੇ ਢੁਕਵਾਂ ਫੈਸਲਾ ਕਰੇ। ਟ੍ਰਿਬਿਊਨਲ ਨੇ ਮੁੱਖ ਸਕੱਤਰ ਪੰਜਾਬ ਨੂੰ ਹੁਕਮ ਭੇਜੇ ਆ, ਪਾਵਰਕੌਮ ਦੇ ਰਿਟਾਇਰਡ ਇੰਜੀਨੀਅਰ ਦਰਸ਼ਨ ਸਿੰਘ ਦੇ ਵੱਲੋਂ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਬਠਿੰਡਾ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ਤੇ ਚਲਾਉਣ ਸੰਬੰਧੀ ਪਟੀਸ਼ਨ ਦਾਇਰ ਕੀਤੀ ਗਈ ਸੀ। 27 ਜਨਵਰੀ ਨੂੰ ਪਾਵਰਕੌਮ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੇ ਪੰਜਾਬ ਊਰਜਾ ਵਿਕਾਸ ਏਜੰਸੀ ਨੇ ਨੋਟਿਸ ਜਾਰੀ ਕੀਤੀ। ਇਹਦਾ ਇੱਕ ਅਹਿਮ ਪੱਖ ਇਹ ਸੀਗਾ ਕਿ ਪਾਵਰਕੌਮ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਇਹ ਗਏ ਹੀ ਨਹੀਂ, ਉਹਨਾਂ ਨੇ ਕੁਛ ਵੀ ਲਿਖ ਕੇ ਨਹੀਂ ਦਿੱਤਾ, ਨਾ ਹਾਂ ਨਾ ਨਾ, ਕਿਉਂਕਿ ਸਰਕਾਰ ਨਹੀਂ ਚਾਹੁੰਦੀ ਤੇ ਜਿਹੜਾ ਵੀ ਉਹ ਚੱਲੇ। ਉਹ ਤਾਂ ਇਹ ਚਾਹੁੰਦੀ ਆ ਕਿ ਕਰੋੜਾਂ ਰੁਪਈਏ ਦੀ ਜ਼ਮੀਨ ਦੇ ਵਿੱਚ ਸਿਆਸਤਦਾਨ ਇਹਦੇ ਵਿੱਚੋਂ ਆਪਣਾ ਬਣਦਾ ਹਿੱਸਾ ਕਿਵੇਂ ਕਮਾਉਣਗੇ, ਉਹਦਾ ਤਾਂ ਸਾਰਾ ਜ਼ੋਰ ਇਸ ਚੀਜ਼ ਦੇ ਉੱਤੇ ਜਿਹੜਾ ਸੀ ਉਹ ਲੱਗਿਆ ਹੋਇਆ। ਸੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਿਹੜੇ ਜੀ ਉਹਨੇ ਇੱਥੇ ਦਿੱਤਾ ਨਹੀਂ ਗਿਆ, ਔਰ ਇਹ ਕਿਹਾ ਕਿ ਬਠਿੰਡਾ ਥਰਮਲ ਨੂੰ ਪਰਾਲੀ ਤੇ ਚਲਾਏ ਜਾਣ ਬਾਰੇ ਸਟੱਡੀ ਕਰਵਾਈ ਹੈ, ਤੇ ਇਸ ਕਮੇਟੀ ਨੇ ਦੱਸਿਆ ਕਿ ਇਹਦੇ ਨਾਲ ਇੱਕ ਤਾਂ ਪਰਾਲੀ ਦੀ ਢੁੱਕਵੀਂ ਵਰਤੋਂ ਹੋਊਗੀ ਜਿਹਦੇ ਨਾਲ ਬਿਜਲੀ ਸਸਤੀ ਜਿਹੜੀ ਦੀ ਉਹ ਹੋ ਸਕਦੀ ਆ। ਹੁਣ 13 ਫਰਵਰੀ 2020 ਨੂੰ ਬਠਿੰਡਾ ਥਰਮਲ ਦੀ ਜ਼ਮੀਨ ਜਿਹੜੀ ਆ ਉਹ ਪੁੱਡਾ ਨੂੰ ਸੌਂਪਣ ਦਾ ਮਤਾ ਪਾਇਆ ਗਿਆ ਸੀਗਾ, ਤੇ ਇਹ ਸਿਰੇ ਜਿਹੜਾ ਸੀ ਉਹ ਚੜ ਗਿਆ। ਹੁਣ ਸਰਕਾਰ ਕਹੂਗੀ ਅਸੀਂ ਤਾਂ ਪਹਿਲਾਂ ਹੀ ਇਹ ਪੁੱਡਾ ਨੂੰ ਜਿਹੜੀ ਉਹ ਦੇ ਚੁੱਕੇ ਹੋਏ ਆ ਜ਼ਮੀਨ। ਪਾਵਰਕੌਮ ਨੇ 13 ਫਰਵਰੀ 2019 ਨੂੰ ਕੇਂਦਰ ਸਰਕਾਰ ਤੋਂ ਬਠਿੰਡਾ ਥਰਮਲ ਦੇ ਇੱਕ ਯੂਨਿਟ ਨੂੰ ਪਰਾਲੀ ਤੇ ਚਲਾਉਣ ਬਾਰੇ ਮਾਲੀ ਮਦਦ ਜਿਹੜੀ ਜੀ ਉਹ ਮੰਗੀ ਸੀ। NGT ਇਹ ਮਦਦ ਵੀ ਦੇਣ ਦੇ ਵਾਸਤੇ ਤਿਆਰ ਹੈ, ਪਰ NGT ਦੇ ਜਿਹੜੀਆਂ ਉਹ ਹੱਦਬੰਦੀਆਂ ਨੇ, ਉਹ ਹੱਦਬੰਦੀਆਂ ਇਹੋ ਆ ਕਿ ਜਦੋਂ ਸੂਬੇ ਦਾ ਇਹ ਥਰਮਲ ਪਲਾਂਟ ਹੈ, ਜੇ ਸੂਬੇ ਦੀ ਸਰਕਾਰ ਹੀ ਇਸ ਮਾਮਲੇ ਦੇ ਵਿੱਚ ਕੁਛ ਨਹੀਂ ਕਰ ਰਹੀ, NGT ਨੇ ਆਪ ਨਹੀਂ ਚਲਾਉਣਾ, ਇਹਦੇ ਉੱਤੇ ਸਹੀ ਜਿਹੜੀ ਉਹ ਸੂਬੇ ਦੀ ਸਰਕਾਰ ਦੀ ਪੈਣੀ ਜ਼ਰੂਰੀ ਹੈ। ਹੁਣ ਜਦੋਂ ਬਾਲ ਜਿਹੜੀ ਆ ਉਹ ਆ ਗਈ ਪੰਜਾਬ ਸਰਕਾਰ ਦੇ ਵਾਲੀ ਸਾਈਡ ਦੇ ਉੱਤੇ, ਤੇ ਦੇਖਦੇ ਹਾਂ ਜੀ ਕਿ ਉਹ ਲੋਕਾਂ ਦੀ ਇਹ ਜਿਹੜੀ ਪ੍ਰੋਪਰਟੀ ਆ ਇਹਨੂੰ ਕਿਵੇਂ ਉਲੰਘਦੀ ਹੈ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਰਸ਼ੀਆ ਦੀ। ਉਸਨੇ ਡੀਂਗਾਂ ਬੜੀਆਂ ਮਾਰੀਆਂ, ਇਹ ਕਿਹਾ ਕਿ ਅਸੀਂ ਵੈਕਸੀਨ ਬਣਾ ਲਈ ਆ, ਪਰ ਉਸ ਦੇ ਉੱਤੇ ਹਜੇ ਵੀ ਜਿਹੜੀ ਆ ਚਰਚਾ ਚੱਲ ਰਹੀ ਆ। ਚਲੋ ਉਹਦੇ ਉੱਤੇ ਸਵਾਲ ਤਾਂ ਜਿਹੜੇ ਆ ਉਹ ਉੱਠ ਰਹੇ ਆ। ਆਈ ਥਿੰਕ ਇਉਂ ਲੱਗਦਾ ਹੈ ਕਿ ਜਿਵੇਂ ਜਿਸ ਕਿਸਮ ਦੀ ਓਵਰਆਲ ਸਾਰੀ ਦੁਨੀਆ ਭਰ ਦੇ ਵਿੱਚ ਟੈਸਟ ਹੋ ਰਹੀ ਹੈ, ਚਾਹੇ ਉਹ WHO ਹੈ, WHO ਤੋਂ ਜਿਹੜਾ ਦੀ ਉਹ ਪਿੱਛੇ ਹਟਣ ਵਾਲੀ ਗੱਲ ਹੈ USA ਦੀ, ਜਦੋਂ ਜਦੋਂ ਕਿਤੇ ਕਿਤੇ ਵੀ ਜਿਹੜੀ ਦੀ ਉਹ ਵੈਕਸੀਨ ਆਊਗੀ ਸਾਹਮਣੇ, ਉਹਦੇ ਉੱਤੇ ਕਿੰਤੂ ਪਰੰਤੂ ਬਾਕੀ ਮੁਲਕ ਜਿਹੜੇ ਦੀ ਉਹ ਕਰਦੇ ਰਹਿਣਗੇ, ਕਿਉਂਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਵੈਕਸੀਨ ਵਾਲੇ ਮਾਮਲੇ ਦੇ ਵਿੱਚ ਇੱਕ ਜਿਹੜੀ ਚੁੜੀ ਹੋਈ ਆ ਕਿ ਉਹ ਇਹ ਆ ਕਿ ਅਰਥਚਾਰਾ ਉਸ ਮੁਲਕ ਦਾ ਜਿਹੜਾ ਉਹ ਪੂਰੇ ਤਰੀਕੇ ਦੇ ਨਾਲ ਹਿੱਲੂਗਾ ਜਿਹਨੇ ਵੀ ਵੈਕਸੀਨ ਬਣਾ ਲਈ ਤੇ ਮਾਰਕੀਟ ਦੇ ਵਿੱਚ ਲੈ ਆਉਂਦੀ। ਰਸ਼ੀਆ ਦੇ ਵੱਲੋਂ COVID-19 ਦੇ ਟੀਕੇ ਦੇ ਅਸਰਦਾਰ ਹੋਣ ਸੰਬੰਧੀ ਭਾਰਤ ਸਣੇ ਦੁਨੀਆਂ ਦੇ ਕਈ ਵਿਗਿਆਨੀਆਂ ਨੂੰ ਸ਼ੱਕ ਹੈ। ਪੁਣੇ ਦੇ ਵਿੱਚ ਭਾਰਤੀ ਵਿਗਿਆਨ ਸੰਸਥਾ ਜਿਹੜੀ ਆ ਉਹਦੀ ਇੱਕ ਮਾਹਰ ਹੈ ਵਿਨੀਤਾ ਬਲ, ਉਹਨੇ ਇਹ ਗੱਲ ਕਹੀ ਹੈ ਕਿ ਜਦੋਂ ਤੱਕ ਲੋਕਾਂ ਕੋਲੇ ਵੇਖਣ ਲਈ ਕਲੀਨਿਕਲ ਟੈਸਟਾਂ ਤੇ ਗਿਣਤੀ ਸਣੇ ਅੰਕੜੇ ਨਹੀਂ ਤਾਂ ਇਹ ਮੰਨਣਾ ਔਖਾ ਹੈ ਕਿ June 2020 ਤੇ August 2020 ਦੇ ਵਿਚਾਲੇ ਟੀਕੇ ਦੇ ਅਸਰਦਾਰ ਹੋਣ ਸੰਬੰਧੀ ਜਿਹੜਾ ਦੀ ਉਹ ਕੋਈ ਇਹਦੇ ਉੱਤੇ ਜਿਹੜਾ ਤਜਰਬਾ ਉਹ ਕੀਤਾ ਗਿਆ। ਅਮਰੀਕਾ ਦੇ ਮਾਊਂਟ ਸੈਨਾਈ ਦੇ ਇਕਾਨ ਸਕੂਲ ਆਫ ਮੈਡੀਸਨ ਦੇ ਜਿਹੜੇ ਪ੍ਰੋਫੈਸਰ ਫਲੋਰੀਅਨ ਨੇ ਉਹ ਇਹ ਕਹਿੰਦੇ ਆ ਕਿ ਅਜੇ ਇਹ ਪੱਕਾ ਨਹੀਂ ਹੈਗਾ ਕਿ ਰਸ਼ੀਆ ਕੀ ਕਰ ਰਿਹਾ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਮੈਂ ਇਹ ਟੀਕਾ ਨਹੀਂ ਲਊਂਗਾ ਜਿਹਦਾ ਤੀਜੇ ਗੇੜ ਦਾ ਟੈਸਟ ਨਹੀਂ ਕੀਤਾ ਗਿਆ। ਨਵੀਂ ਦਿੱਲੀ ਦੀ ਨੈਸ਼ਨਲ ਇੰਸਟੀਚਿਊਟ ਆਫ ਇਮਿਊਨੋਲੋਜੀ ਦਾ ਜਿਹੜਾ ਸੱਤਿਆਜੀਤ ਰੱਥ ਨੇ ਉਹ ਇਹ ਕਹਿੰਦੇ ਆ ਕਿ ਰੂਸੀ ਟੀਕੇ ਦੇ ਪ੍ਰਭਾਵੀ ਹੋਣ ਦਾ ਅਜੇ ਤੱਕ ਕੋਈ ਸਬੂਤ ਨਹੀਂ ਗਾ। ਹੈਦਰਾਬਾਦ ਦੇ CCMB ਦੇ ਅਧਿਕਾਰੀ ਜਿਹੜਾ ਸੀ ਉਹ ਕਹਿੰਦਾ ਕਿ ਰਸ਼ੀਅਨ ਟੀਕੇ ਸੰਬੰਧੀ ਲੋੜੀਂਦੇ ਅੰਕੜੇ ਮੁਹੱਈਏ ਨਹੀਂ ਹੈਗੇ
ਜਿਹਦੇ ਕਰਕੇ ਇਸ ਟੀਕੇ ਦੇ ਅਸਰਦਾਰ ਹੋਣ ਦੇ ਉੱਤੇ ਇਹਦੀ ਵਰਤੋਂ ਸੁਰੱਖਿਅਤ ਹੋਣ ਬਾਰੇ ਕੁਛ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ। ਉੱਧਰ ਜਿਹੜੀ WHO ਆ ਉਹ ਇਹ ਕਹਿੰਦੀ ਆ ਕਿ ਉਹ COVID-19 ਦੇ ਇਲਾਜ ਲਈ ਦੁਨੀਆ ਦੀ ਪਹਿਲੀ ਵੈਕਸੀਨ ਬਣਨ ਦੇ ਮਾਮਲੇ 'ਚ ਰਸ਼ੀਆ ਦੇ ਸੰਪਰਕ ਦੇ ਵਿੱਚ ਨੇ। ਸ਼ਿਨਹੁਆ ਨਿਊਜ਼ ਏਜੰਸੀ ਦੇ ਅਨੁਸਾਰ ਜੀ ਜਿਹੜੇ WHO ਆ ਉਹਦੇ ਬੁਲਾਰੇ ਜਿਹੜੇ ਤਾਰਿਕ ਜਾਸਰੀਵ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਰਸ਼ੀਅਨ ਸਿਹਤ ਮਾਹਰਾਂ ਦੇ ਨਾਲ ਸੰਪਰਕ ਦੇ ਵਿੱਚ ਆ, ਵੈਕਸੀਨ ਦੇ ਸਮੇਂ ਤੋਂ ਪਹਿਲਾਂ ਵੰਡ ਦੇ ਮਾਮਲੇ ਦੇ ਉੱਤੇ ਉਹਨਾਂ ਦੇ ਨਾਲ ਚਰਚਾ ਜਾ ਰਹੀ ਹੈ। ਦੂਜੇ ਪਾਸੇ ਰਸ਼ੀਆ ਨੇ ਇੱਕ ਦਾਅਵਾ ਹੋਰ ਕੀਤਾ, ਉਹਨੇ ਕਿਹਾ ਕਿ 19 ਮੁਲਕ ਨੇ ਜਿਨ੍ਹਾਂ ਨੇ ਇੰਟਰਸਟ ਵਿਖਾਇਆ ਇਸ ਵੈਕਸੀਨ ਦੇ ਵਿੱਚ, ਤੇ ਇਹਦੇ ਵਿੱਚ ਭਾਰਤ ਵੀ ਸ਼ਾਮਿਲ ਹੈ। ਮਤਲਬ ਕਿ ਕਿੰਤੂ ਪਰੰਤੂ ਇੱਕ ਜਗ੍ਹਾ ਦੇ ਉੱਤੇ ਹੋ ਰਹੇ ਨੇ। ਜੇ ਰਸ਼ੀਅਨ ਦਾਅਵੇ ਦੀ ਗੱਲ ਜਿਹੜੀ ਜੀ ਮੰਨੀਏ ਤੇ ਉਹ ਕਹਿੰਦੇ ਆ ਕਿ ਨਹੀਂ, ਇਹਦੀ ਗੱਲ ਨੀ ਹੈਗੀ, 19 ਮੁਲਕਾਂ ਨੇ ਸਾਡੇ ਤੱਕ ਅਪਰੋਚ ਜਿਹੜੀ ਹੈਗੀ ਉਹ ਕੀਤੀ ਹੈ ਤੇ ਅਸੀਂ ਉਹਦੇ ਤੇ ਵਰਕ ਕਰ ਰਹੇ ਹਾਂ। ਬਿਲਕੁਲ ਜੀ, ਹਰ ਕੋਈ ਚਾਹੁੰਦਾ ਤਾਂ ਹੈ ਨਾ ਵੈਕਸੀਨ ਛੇਤੀ ਬਣ ਜਾਏ, ਪਰ ਦੇਖੋ ਹੁਣ ਵਾਲੇ ਟਾਈਮ 'ਚ ਲੱਗਦਾ ਕੀ ਸੱਚ ਹੈ ਤੇ ਕੀ ਝੂਠ ਹੈ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਇਹ ਪਿਆਰ ਭਰੀ ਸਤਿ ਸ਼੍ਰੀ ਅਕਾਲ।